ਅੱਜ ਤੁਹਾਨੂੰ ਦੇਣ ਲੱਗਿਆ ਆਪਣੇ ਘਰ ਦਾ ਹਾਊਸ ਟੂਰ। ਵੀਡੀਓ ਪੂਰੀ ਜ਼ਰੂਰ ਦੇਖਿਓ ਤੇ ਦੱਸਿਓ ਕਿਵੇਂ ਲੱਗਿਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਛੋਟਿਆਂ ਨੂੰ ਪਿਆਰ ਤੇ ਵੱਡੇ ਦੇ ਪੈਰੀ ਪੈਣੇ। ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ? ਹਾਂਜੀ, ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਛੋਟਿਆਂ ਨੂੰ ਪਿਆਰ ਤੇ ਵੱਡਿਆਂ ਦੇ ਪੈਰੀ ਪੈਣੇ ਆ। ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ। ਤੁਸੀਂ ਵੀਡੀਓ ਦਾ ਟਾਈਟਲ ਦੇਖ ਕੇ ਸਮਝ ਗਏ ਹੋਵੋਗੇ ਵੀ ਅੱਜ ਆਪਾਂ ਹਾਊਸ ਟੂਰ ਦੀ ਵੀਡੀਓ ਬਣਾ ਰਹੇ ਹਾਂ। ਆਪਣਾ ਸਾਰਾ ਘਰ ਤੁਹਾਨੂੰ ਦਿਖਾਵਾਂਗੇ, ਅੰਦਰੋਂ ਘਰ ਦੀ ਪ੍ਰਾਈਸ ਦੀ ਗੱਲ ਕਰਾਂਗੇ ਅਤੇ ਘਰ ਦੇ ਵਿੱਚ ਕਿਹੜੇ ਕਿਹੜੇ ਫੀਚਰ ਨੇ ਉਹਨਾਂ ਬਾਰੇ ਗੱਲ ਕਰਾਂਗੇ। ਅਤੇ ਬਾਕੀ ਜਿਵੇਂ ਘਰ ਬਾਰੇ ਦੱਸਾਂ, ਆਪਾਂ ਇਹ ਘਰ ਦਾ ਨੀਂਹ ਪੱਥਰ ਕਹਿ ਲਓ ਰੱਖਿਆ ਸੀਗਾ 26 ਜਨਵਰੀ 2014 ਨੂੰ, ਅਤੇ ਘਰ ਦੇ ਵਿੱਚ ਸ਼ਿਫਟ ਹੋਏ ਸੀਗੇ 15 ਅਗਸਤ 2014। ਇਹ ਜਿਹੜੇ 2 ਦਿਨ ਨੇ, ਚਲੋ ਹਮੇਸ਼ਾ ਯਾਦ ਰਹਿਣੇ ਆ। ਬੜਾ ਚਾਅ ਸੀ ਜਿੱਦਣ ਅਸੀਂ ਇਸ ਘਰੇ ਮੂਵ ਹੋਣਾ ਸੀ ਆਪਣੇ, ਤੇ ਕਿੱਦਾਂ ਇਹ ਸਾਰੀ ਜਰਨੀ ਸਾਡੀ ਸਟਾਰਟ ਹੋਈ ਤੁਹਾਨੂੰ ਨਾਲ ਨਾਲ ਐਕਸਪਲੇਨ ਕਰਦੇ ਜਾਵਾਂਗੇ, ਤੇ ਘਰ ਦੇ ਫੀਚਰਸ ਕੀ ਨੇ ਉਹ ਵੀ ਦੱਸਾਂਗੇ, ਇਹਦਾ ਪ੍ਰਾਈਸ ਕਿੰਨਾ ਆ ਉਹ ਵੀ ਦੱਸਾਂਗੇ। ਜਿੰਨੀ ਕੁ ਸਾਡੇ ਤੋਂ ਇਨਫੋਰਮੇਸ਼ਨ ਦਿੱਤੀ ਗਈ ਅਸੀਂ ਦੇਵਾਂਗੇ ਤੁਹਾਨੂੰ, ਆਓ ਸਾਡੇ ਨਾਲ ਦੇਖੋ। ਬਾਕੀ ਜੇ ਤੁਹਾਡੇ ਕਿਸੇ ਵੀ ਤਰ੍ਹਾਂ ਦੇ ਕੋਈ ਕੁਐਸਚਨ ਹੋਏ ਨਾ, ਕਮੈਂਟ ਕਰਕੇ ਪੁੱਛ ਲਿਓ, ਅਸੀਂ ਉਹਦਾ ਆਨਸਰ ਜ਼ਰੂਰ ਦੇਵਾਂਗੇ ਤੁਹਾਨੂੰ। ਅਤੇ ਹੁਣ ਤੁਹਾਨੂੰ ਘਰ ਦਿਖਾਉਂਦੇ ਹਾਂ, ਪਰ ਅੰਦਰੋਂ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਬਾਣਾ ਬੋਟਾ ਬਾਹਰੋਂ ਦੱਸ ਦਿੰਦਾ ਘਰ ਬਾਰੇ। ਸੋ ਇਹ ਆਪਣੇ ਘਰ ਦਾ ਡਰਾਈਵਵੇ ਆ, ਅਤੇ ਆਪਣੇ ਘਰ ਦੇ ਡਰਾਈਵਵੇ ਦੇ ਅੰਦਰ 3 ਘਰ ਨੇ। ਇੱਕ ਆਹ ਘਰ ਆ ਆਪਣਾ, ਅਤੇ ਥੱਲੇ ਘਰ ਆ ਇੱਕ ਲੈਫਟ ਹੈਂਡ ਸਾਈਡ 'ਤੇ, ਇੱਕ ਥੱਲੇ ਘਰ ਆ ਰਾਈਟ ਹੈਂਡ ਸਾਈਡ 'ਤੇ। ਉਹ ਬ੍ਰਾਇਨ ਅਤੇ ਮਰੀਅਨ ਉਹਨਾਂ ਦਾ ਘਰ ਆ, ਉਹ ਵੀ ਤੁਹਾਨੂੰ ਮੈਂ ਦਿਖਾਇਆ ਹੀ ਸੀਗਾ ਜਦੋਂ ਆਪਣਾ ਉਹ ਕੰਪੀਟੀਸ਼ਨ ਜਿਹੜਾ ਹੋਇਆ ਸੀਗਾ। ਅਤੇ ਜੇ ਆਪਾਂ ਘਰ ਦੀ ਬਾਉਂਡਰੀ ਦੀ ਗੱਲ ਕਰੀਏ, ਆਪਣਾ ਸੈਕਸ਼ਨ ਆਹ ਕੋਰਨਰ ਤੋਂ ਸ਼ੁਰੂ ਹੁੰਦਾ, ਉਹ ਅੱਗੇ ਤੱਕ ਜਾ ਕੇ ਉਹ ਬਿਲਕੁਲ ਥੱਲੇ ਜਿੱਥੇ ਉਹ 18 ਨੰਬਰ ਲਿਖਿਆ ਹੋਇਆ ਨਾ, ਉਹਦੇ ਨਾਲ ਇੱਕ ਥੰਮਲਾ ਜਿਹਾ ਲਾਇਆ ਹੋਇਆ, ਉੱਧਰ ਨੂੰ ਥੱਲੇ ਨੂੰ ਹੁੰਦਾ 730 ਸਕੇਅਰ ਮੀਟਰ ਸੈਕਸ਼ਨ ਆ। ਸੈਕਸ਼ਨਾਂ ਦੀ ਇੱਥੇ ਸਾਈਜ਼ ਸਕੇਅਰ ਮੀਟਰ ਦੇ ਹਿਸਾਬ ਨਾਲ ਹੁੰਦਾ। ਹੁਣ ਆਪਾਂ ਘਰ ਦੇ ਅੰਦਰ ਚੱਲਦੇ ਹਾਂ, ਮੈਂ ਤੁਹਾਨੂੰ ਬਾਹਰ ਤੋਂ ਵੀ ਦਿਖਾ ਦੂੰਗਾ ਇੱਕ ਵਾਰ ਚੰਗੀ ਤਰ੍ਹਾਂ, ਪਹਿਲਾਂ ਘਰ ਸਾਰਾ ਅੰਦਰੋਂ ਦਿਖਾਉਂਦੇ ਹਾਂ। ਸੋ ਮੇਨਲੀ ਘਰਾਂ ਦੇ ਬਾਹਰ ਜਿਹੜੀ ਫਰੰਟ 'ਤੇ ਹੁੰਦੀ ਆ ਗਰਾਜ ਹੁੰਦੀ ਆ, ਮਤਲਬ ਜੋ ਕਾਰ ਤਾਂ ਕਿ ਸਿੱਧੀ ਅੰਦਰ ਆ ਸਕੇ, ਹੈ ਨਾ, ਤਾਂ ਡਬਲ ਗਰਾਜ ਆ ਆਪਣੀ, ਨਾਲ ਐਂਟਰੀ ਡੋਰ ਆ, ਨਾਲ ਆਪਣਾ ਹੈਗਾ ਮੀਡੀਆ ਰੂਮ, ਅਤੇ ਉਹਦੇ ਪਰਲੇ ਪਾਸੇ ਇੱਕ ਰੂਮ ਆ। ਇਹ ਫਰੰਟ ਆ ਘਰ ਦਾ ਆਪਣੇ ਦਾ ਸਾਰਾ, ਅਤੇ ਜਿਹੜੀ ਰੂਫ ਆ ਇਹਦੀ, ਇਹ ਹੈਗੀ ਆ ਆਇਰਨ, ਕੋਰੂਗੇਟਡ ਆਇਰਨਸ ਕਹਿੰਦੇ ਆ ਇਹਨੂੰ। ਇਹਦੀ ਲਾਈਫ ਬਹੁਤ ਹੁੰਦੀ ਆ, ਪਹਿਲਾਂ ਟਾਇਲਸ ਲਾਉਂਦੇ ਹੁੰਦੇ ਸੀਗੇ ਰੂਫ ਦੇ ਉੱਤੇ। ਆ ਜੇ ਮੈਂ ਇੱਧਰਲੇ ਪਾਸੇ ਘਰ ਦਿਖਾਵਾਂ ਤੁਹਾਨੂੰ ਆਪਣੀ ਬੈਕ ਸਾਈਡ 'ਤੇ, ਇਹ ਆਪਣੇ ਤੋਂ ਪਹਿਲਾਂ ਦਾ ਬਣਿਆ ਹੋਇਆ ਘਰ, ਤਾਂ ਇਹਦੇ ਉੱਤੇ ਟਾਇਲਸ ਲਾਈਆਂ ਹੋਈਆਂ ਨੇਗੀਆਂ, ਅਤੇ ਪਰ ਆਪਣੇ ਘਰ ਦੇ ਉੱਤੇ ਲਾਇਆ ਹੋਇਆ। ਇਹਦੀ ਲਾਈਫ ਜ਼ਿਆਦਾ ਧੁੱਪ, ਮਤਲਬ ਵਿੰਡ ਹੋਵੇ, ਕੁਛ ਹੋਵੇ, ਕਿਸੇ ਵੀ ਤਰ੍ਹਾਂ ਦਾ ਵੈਦਰ ਹੋਵੇ, ਇਹ ਜ਼ਿਆਦਾ ਵਧੀਆ ਵੀਅਰ ਕਰਦੀ ਆ ਉਹਨੂੰ, ਅਤੇ ਇਹਦੀ ਲਾਈਫ ਜ਼ਿਆਦਾ ਲੰਬੀ ਆ। ਅਤੇ ਬਾਕੀ ਅੰਦਰ ਚੱਲਦੇ ਹਾਂ, ਅੰਦਰੋਂ ਦਿਖਾਉਂਦੇ ਹਾਂ ਹੁਣ ਤੁਹਾਨੂੰ ਘਰ। ਘਰ ਦੇ ਅੰਦਰ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਟ੍ਰੀ ਬਾਰੇ ਦੱਸਣਾ ਚਾਹੁੰਦਾ। ਜਿਸ ਦਿਨ ਆਪਾਂ ਘਰ ਦੇ ਅੰਦਰ ਸ਼ਿਫਟ ਹੋਏ ਸੀਗੇ ਉਸ ਦਿਨ ਇਹ ਟ੍ਰੀ ਲਾਇਆ ਸੀਗਾ, ਅਤੇ ਇਹਦੀ ਏਜ ਵੀ ਘਰ ਜਿੰਨੀ ਆ, ਬਹੁਤ ਵਧੀਆ ਲੱਗਦਾ ਇਹ ਟ੍ਰੀ। ਅਤੇ ਸਰਦੀਆਂ ਵਿੱਚ ਇਹਦੇ ਗੁਲਾਬੀ ਫੁੱਲ ਵੀ ਆਉਂਦੇ ਆ। ਸਰਦੀਆਂ ਦੇ ਵਿੱਚ ਇਹਦੇ ਗੁਲਾਬੀ ਰੰਗ ਦੇ, ਪਿੰਕ ਕਲਰ ਦੇ ਫੁੱਲ ਆਉਂਦੇ ਆ, ਬਲੌਸਮ, ਇਹਨੂੰ ਬਲੌਸਮ ਟ੍ਰੀ ਕਹਿੰਦੇ ਆ, ਬਲੌਸਮਸ ਕਹਿੰਦੇ ਆ, ਨਿਊਜ਼ੀਲੈਂਡ ਬਲੌਸਮਸ। ਤੇ ਸਾਰੇ ਪੱਤੇ ਝੜ ਜਾਂਦੇ, ਇਕੱਲੇ ਫੁੱਲ ਰਹਿੰਦੇ ਆ ਸਰਦੀਆਂ। ਬਹੁਤ ਸੋਹਣਾ ਲੱਗਦਾ ਹੁੰਦਾ ਫਿਰ ਤਾਂ। ਚਲੋ ਆਓ ਅੰਦਰ ਚੱਲੀਏ। ਇੱਥੇ ਨੈਸਟ ਵੀ ਲਾਈ ਆ ਟ੍ਰੀ ਦੇ ਵਿੱਚ। ਯਾ ਇਹ ਮੰਮੀ ਨੇ ਲਾਈ ਸੀਗੀ ਹੈ ਨਾ। ਤੇ ਆ ਹੈਗਾ ਆਪਣਾ ਬੁੱਧਾ ਬੈਠਾ ਮੂਰੇ। ਬਾਕੀ ਡਬਲ ਡੋਰ ਆ, ਇੱਕ ਸਟੈਪ ਆ, ਸਾਰੇ ਘਰ ਦੇ ਅੰਦਰ ਇੱਕ ਸਟੈਪ ਆ ਆਹ ਵਾਲਾ, ਇੱਦਾਂ ਹੀ ਜਦ ਦੂਜੇ ਪਾਸੇ ਬਾਹਰ ਨਿਕਲਦੇ ਉਹ ਸਟੈਪ ਆ। ਤਾਂ ਟਰਾਈ ਕੀਤੀ ਆ ਵੀ ਜਿੰਨਾ ਫਲੈਟ ਰੱਖ ਸਕੀਏ ਘਰ ਨੂੰ, ਵੀ ਮੰਮੀ ਡੈਡੀ ਨੂੰ ਵੀ ਈਜ਼ੀ ਰਹੇ। ਅੱਛਾ, ਡਬਲ ਡੋਰ ਨੇ, ਡੋਰਸ ਦਾ ਇੱਥੇ ਕੀ ਸਿਸਟਮ ਹੁੰਦਾ? ਇੱਕ ਡੋਰ ਹੁੰਦਾ ਜਿਹੜਾ ਸਿੱਧਾ ਹੀ ਖੁੱਲਦਾ, ਜਿਵੇਂ ਆਪਾਂ ਆਹ ਹੈਂਡਲ ਆ ਇਹਦੇ ਅੰਦਰ, ਇਹਨੂੰ ਘੁਮਾ ਕੇ ਖੋਲ ਸਕਦੇ ਹਾਂ। ਦੂਜੇ ਡੋਰ ਦੇ ਉੱਤੇ ਲੌਕ ਲੱਗੇ ਹੁੰਦੇ ਆ ਸਾਰੇ ਉੱਤੇ ਲੈ ਕੇ ਥੱਲੇ ਤੱਕ। ਆਹ ਹੁਣ ਤੁਹਾਨੂੰ ਖੋਲ ਕੇ ਦਿਖਾ ਦਿੰਦਾ ਮੈਂ, ਨਹੀਂ ਅੱਗੇ ਹੀ ਮਾੜਾ ਹੈ। ਸੋ ਆਹ ਦੇਖੋ, ਆਹ ਉੱਤੋਂ ਲੈ ਕੇ ਥੱਲੇ ਤੱਕ ਲੌਕਸ ਲਾਏ ਹੋਏ ਨੇ, ਇਹਦੀਆਂ ਕੁੰਡੀਆਂ ਉੱਤੇ ਲੱਗ ਜਾਂਦੀਆਂ, ਇੱਕ ਆ ਥੱਲੇ ਆ, ਫਿਰ ਖੁੱਲਦਾ ਇਹ ਡੋਰ। ਇਹ ਬਹੁਤ ਘੱਟ ਖੋਲੀਦਾ ਆਪਾਂ, ਅਨਲੈਸ ਕੋਈ ਵੱਡੀ ਚੀਜ਼ ਆਉਣੀ ਹੋਵੇ ਜਾਂ ਜ਼ਿਆਦਾ ਗੈਸਟ ਆਉਣੇ ਹੋਣ ਫਿਰ ਖੋਲੀਦਾ। ਬਾਕੀ ਆ ਜਾ ਤੁਹਾਨੂੰ ਉੱਧਰ ਦਿਖਾਈਏ। ਹਾਂ, ਡਬਲ ਐਂਟਰੀ ਆ ਆਪਣੀ, ਅਤੇ ਆਹ ਸਾਹਮਣੇ ਸ਼ੀਸ਼ਾ ਲਵਾਇਆ ਹੋਇਆ, ਅਤੇ ਵਧੀਆ ਲੱਗਦਾ। ਆਹ ਆਪਣਾ ਹੈਗਾ ਮੀਡੀਆ ਰੂਮ, ਟੀਵੀ ਰੂਮ, ਗੈਸਟ ਰੂਮ, ਜੋ ਮਰਜ਼ੀ ਤੁਸੀਂ ਕਹਿ ਸਕਦੇ ਹੋ ਇਹਨੂੰ। ਜਦੋਂ ਘਰ ਬਿਲਡ ਕਰਵਾਇਆ ਸੀਗਾ ਇਹਦਾ ਮੈਨੂੰ ਬਹੁਤ ਜ਼ਿਆਦਾ ਸੀਗਾ ਵੀ ਮੈਂ ਇੱਦਾਂ ਡਿਜ਼ਾਇਨ ਕਰਨਾ ਘਰ ਦੇ ਅੰਦਰ। ਆਪਣੇ ਬੜਦੇ ਰਾਈਟ ਹੈਂਡ ਸਾਈਡ 'ਤੇ ਹੈਗਾ ਲਿਵਿੰਗ ਰੂਮ ਆਪਣਾ, ਜਾਂ ਟੀਵੀ ਰੂਮ ਕਹਿ ਸਕਦੇ ਹਾਂ, ਜਾਂ ਗੈਸਟ ਰੂਮ ਵੀ ਇਹਨੂੰ। ਅਤੇ ਇਹਦਾ ਜਿਹੜਾ ਡੋਰ ਆ ਐਂਟਰੀ ਦਾ ਸਲਾਈਡਰ ਆ, ਕੈਵਿਟੀ ਡੋਰ ਆ, ਸੋ ਇਹ ਸਾਰਾ ਕੈਵਿਟੀ ਦੇ ਅੰਦਰ ਹੋ ਜਾਂਦਾ ਸਪੇਸ ਬਚਾਉਣ ਲਈ। ਮਤਲਬ ਜਦੋਂ ਘਰ ਬਿਲਡ ਕਰਵਾਇਆ ਸੀਗਾ ਇਹ ਗੱਲਾਂ ਬਹੁਤ ਸੋਚੀਆਂ ਸੀ, ਟਰਾਈ ਕੀਤਾ ਸਾਰੇ ਘਰ ਦੇ ਵਿੱਚ ਜਿੰਨੇ ਆ ਯੂਜ਼ ਕਰ ਸਕੀਏ,
डोर किए ने ते बाकी आ जाओ अंदर तुम अंदरों दिखाइए। मेरा फेवरेट रूम है घर का, यह बहुत वधिया लगता। कई बार रात में मैं आराम ना बैठ के या कभी मूवी मावी देखनी होंगी आ फिर इतने बह के देखी थी। सब तो पहली गल क्योंकि मैं हाँ होम थिएटर सिस्टम फिट कराया हुआ है, जेडे आ वॉल्स ने ना ये सारिया इंसुलेशन कराई हुई है साउंड प्रूफ, तो जो आप दरवाजा बंद कर देने रूम तो बाहर मतलब ये रूम 80% तक 100% नहीं 80% तक साउंड अबजॉर्ब कर लैंदा बाहर नहीं जाती, तो मैं थोड़ी बहुत ही लाउड करके भी मूवी देखनी हो देख सकता आराम ना। बाकी दूजी गल लाइट्स ने सारे घर के LEDs लाइट्स लवाई हुई हैं तो ये आह मिड भी हो जाती है, जिम्मे देखो आह बटन है इनू दब के रखो उत्ते तो लाइट्स अपन डिम हो जाए, डिम हो गई इदा ही बढ़ जानी है, फिर जिथे तुसी हाथ चक लो गे उत्थे लाइट उन्नी क रुक जानी है। उस तो अलावा पखा लवाया, पहले न्यूजीलैंड दे विच पखे की लोड़ नहीं सी पैंदी हुंदी पर हुण पैंदी आ गर्मी होण लग गई। सो ए सीगा जी अपना टीवी रूम, आओ जी आओ हम तुहानू ऑफिस दिखाईए, ऑफिस बनाया हुआ जो कि नॉर्मल ऑफिस साइज तो बड़ा है ताकि इस डबल बैड भी जो कल लाना चाहिए ला सकते हैं, तो इस डबल लमारी है डबल डोर कबर्ड बनाई हुई है तो जिदे स्लाइडर डोर लाए हुए स्लाइडिंग डोर ने दोनों, तो असी ज़्यादातर स्लाइडिंग डोर या कैविटी डोर घर चलवाए सी वो स्पेस घर वादा आ इसलिए जगह ना किरे, तो इन्हों का इतने बह के ये अपनी एडिटिंग वगैरह वीडियोज़ वगैरह बनाते हैं, इन्हों स्टडी रूम कह लो है ना, तो नाल अपने नोट्स वगैरह लिखने लिए इन्होंने बोर्ड लगाया हुआ है, बुक्स पईया ने प्रिंटर आ महानी पियानो इतने कद कद अपनी पियानो बजा लेंदा कि वो भी ये सीखता है। इस तो बाद पिछे है मम्मी डैडी का रूम, हाँ जी तो ये गैलरी के बच्चों भी हों साढ़े मम्मी डैडी का रूम आ, तो मम्मी डैडी का रूम भी काफ़ी असी नॉर्मल लाइक डबल बैडरूम तो भी वड्डे रूम रखाए हुए ने जोड़े मेन रूम ने ताकि खुले खुले स्पेस आले दुआले भी बैडा के बचे, तो अभी आप ही देख सकते हो अलमारी भी तीन कबड़ा वाली है लाइक काफ़ी वड्डी आ देखो सारे स्लाइडिंग डोर ही लवाए हुए आ, काफ़ी जगह का ये फर्क पैंदा आ सारे डोर इदा लग जाते हैं। बाकी मम्मी डैडी दे रूम दी खास गल आ कि बाहर बहुत सोहना दिखदा गर्मिया दे विच भी सियालां दे विच भी, हुण सन मैं उदा सन दस दिंदा भी उधरों चढ़दा इधरले पासे डुबदा आ के ते शाम नूं आ दरवाजे दे विचों व्यू बाहर बहुत सोहना हुंदा, ते जदों आपां खोलदे आ इह तां स्पेशली गर्मिया दे विच बाहर तक हवा बहुत सोहणी आ सारा खुल जांदा दरवाजा देखो, तां हुण ओह दूर तक दिखदा बड़ा वधिया लगदा शाम नूं ना, ते जे कदे ज़्यादा धुप होवे अपनी माउंट की पहाड़ी दिखती है इथो अगर देख सकते हो पिछे समुंदर पिछे दिखता थोड़ा जा बाहर वेखो गेस्ट रूम है अटैच मेन एंट्रेंस भी इधरों भी अटैच हों गैलरी चो कोसा जहा पानी भर के अपने बबल चला सकते हो, इतने स्विचेस भी लगिया हुई ने
ਤੇ ਇੱਥੋਂ ਦਬਾ ਕੇ ਚੱਲ ਜਾਂਦਾ ਆ ਤੇ ਵਿੱਚ ਬਬਲਸ ਬਣਦੇ ਆ ਲਾਈਕ ਜਿਵੇਂ ਟਕੋਰ ਕਰੀ ਦੀ ਆ ਮਸਾਜ ਜੀ ਹੋ ਜਾਂਦੀ ਆ ਬੋਡੀ ਦੀ ਤੇ ਸਿਆਣਿਆਂ ਨੂੰ ਤਾਂ ਬਹੁਤ ਕੰਮ ਚਾਹੁੰਦੀਆਂ ਇਹ ਚੀਜ਼ਾਂ ਤੇ ਕਾਫੀ ਵੱਡੇ ਸਾਈਜ਼ ਦਾ ਇਹ ਬਾਥਰੂਮ ਹੈ ਤੇ ਸ਼ੀਸ਼ੇ ਆ ਜਿਹੜੇ ਅਸੀਂ ਪੂਰੀ ਛੱਤ ਨਾਲ ਤੱਕ ਕਰਵਾਏ ਹੋਏ ਆ ਤੇ ਨਾਲ ਹੀ ਸ਼ਾਵਰ ਹੈ ਸ਼ਾਵਰ ਜਿਹੜਾ ਇਹ ਵੀ ਐਕਸਟਰਾ ਲਾਰਜ ਸਾਈਜ਼ ਦੇ ਨੇ ਤਾਂ ਕਿ ਖੁੱਲ੍ਹਾ ਡੁੱਲਾ ਵੀ ਬੰਦਾ ਨਹਾਵੇ ਬਾਹਾਂ ਨਾ ਵੱਜਣ ਵਾਲੇ ਦਾਲੇ ਥੋੜ੍ਹੇ ਜਿਹਾ ਖੁੱਲ੍ਹ ਕੇ ਬੰਦਾ ਨਹਾ ਸਕੇ ਆਪਣਾ ਤੇ ਇਹ ਕਰਦੇ ਕੁਛ ਫੀਚਰਸ ਆ ਜਿਹੜੇ ਸਾਨੂੰ ਨਾਲ ਦੀ ਨਾਲ ਅਸੀਂ ਐਕਸਪਲੇਨ ਕਰੀ ਜਾਂਦੇ ਹਾਂ ਜਿੱਦਾਂ ਕਿ ਤੁਹਾਨੂੰ ਪਤਾ ਹੋਵੇ ਵੀ ਓਕੇ ਵੀ ਇਹ 'ਚ ਕੀ ਫੀਚਰ ਆ ਘਰ ਦੇ ਵਿੱਚ ਅਤੇ ਇਹ ਸ਼ਾਵਰ ਦੀ ਇੱਕ ਖਾਸ ਗੱਲ ਹੋਰ ਆ ਸਾਡਾ ਜਦੋਂ ਬਿਲਡ ਕਰਵਾ ਰਹੇ ਸੀ ਨਾ ਮਤਲਬ ਜਿਹੜਾ ਬਿਲਡਰ ਸੀਗਾ ਉਹਨੂੰ ਅਸੀਂ ਸਪੈਸ਼ਲ ਕਿਹਾ ਸੀਗਾ ਕਿ ਜੁਆਇੰਟ ਇੱਦਾਂ ਹੋਣ ਪਰ ਕੋਈ ਹੋਰ ਚੀਜ਼ ਨਹੀਂ ਓਨਲੀ ਗਲਾਸ ਦਾ ਬਣਿਆ ਹੋਵੇ ਤਾਂ ਜੇ ਤੁਸੀਂ ਦੇਖੋ ਆਹ ਇਹਦੇ ਵਿੱਚ ਸਿਰਫ ਗਲੂ ਲਾ ਕੇ ਗਲਾਸ ਨਾਲ ਗਲਾਸ ਜੁੜਿਆ ਹੋਇਆ ਹੋਰ ਕੋਈ ਜੁਆਇੰਟ ਨਹੀਂ ਪਾਏ ਜਿਹੜੇ ਅੰਦਰ ਉਹ ਸਾਬਣ ਵਗੈਰਾ ਸ਼ੈਂਪੂ ਸ਼ੈਂਪੂ ਰੱਖਣ ਲਈ ਨੇ ਉਹ ਵੀ ਸ਼ੀਸ਼ੇ ਦੇ ਨਾਲ ਮੈਚਿੰਗ ਲਵਾਏ ਹੋਏ ਨੇ ਤੇ ਡੈਡੀ ਇਹਨੂੰ ਵੈਸੇ ਪਾਠ ਕਰਨ ਲਈ ਯੂਜ਼ ਕਰ ਲੈਂਦੇ ਹੁੰਦੇ ਆ ਜਦੋਂ ਗੈਸਟ ਵੀ ਆਉਂਦਾ ਫਿਰ ਉਹਨਾਂ ਦੇ ਲਈ ਹੁੰਦਾ ਇਹ ਰੂਮ ਅਤੇ ਇਹਦੇ ਵਿੱਚੋਂ ਵੀ ਤੁਹਾਨੂੰ ਬਾਹਰ ਪਹਾੜੀ ਮਾਊਂਟ ਦੀ ਦਿਖੂਗੀ ਮਾਊਂਟ ਦਾ ਵਿਊ ਹੈ ਤੁਸੀਂ ਸਾਡੀ ਵੀਡੀਓ ਦੇਖੀ ਹੋਣੀ ਆ ਜਿੱਥੇ ਅਸੀਂ ਮਾਊਂਟ ਦੇ ਉੱਤੇ ਜਾਂਦੇ ਹਾਂ ਵਾਕ ਕਰਨ ਅਤੇ ਉਹ ਚੜ੍ਹ ਕੇ ਆਉਂਦੇ ਉਹ ਵੀਡੀਓ ਸਾਡੀ ਜ਼ਰੂਰ ਦੇਖਿਓ ਤੁਸੀਂ ਅਤੇ ਇੱਥੋਂ ਵੀ ਸਾਡੇ ਘਰੋਂ ਮਾਊਂਟ ਦੀ ਪਹਾੜੀ ਦਿਖਦੀ ਆ ਮੇਨ ਵਿਜ਼ਿਟਰ ਅਟਰੈਕਸ਼ਨ ਆ ਆਊਟ ਰਹੂੰਗੇ ਦੀ ਆ ਰਹੀ ਉਹ ਸਾਹਮਣੇ ਦਿਖ ਰਹੀ ਆ ਇਹ ਆ ਵਾਲੀ ਉੱਤੇ ਗੈਸਟ ਬੈਡਰੂਮ ਦੇ ਵਿੱਚ ਹੀ ਤੁਹਾਨੂੰ ਜਿਵੇਂ ਦੱਸਿਆ ਕਿ ਸਲਾਈਡਰ ਡੋਰ ਨੇ ਜਗ੍ਹਾ ਬਿਲਕੁਲ ਨਹੀਂ ਘੇਰਦੇ ਹੈਗੇ ਇੱਕ ਸਾਈਡ ਬੈਠੇ ਹੁੰਦੇ ਆ ਅਤੇ ਕਪੜਾ ਅਸੀਂ ਵਿੱਚ ਲੱਕੜ ਲਵਾਈ ਹੈ ਪਹਿਲਾਂ ਹੀ ਲੱਕੜ ਦੀਆਂ ਵਿੱਚ ਫਿੱਟ ਕਰਵਾਈਆਂ ਨੇ ਵੀ ਤਾਂ ਕਿ ਸਾਨੂੰ ਬਾਅਦ 'ਚੋਂ ਸਮਾਨ ਰੱਖਣ 'ਚ ਔਖਾ ਨਾ ਹੋਵੇ ਸਾਨੂੰ ਵਧੀਆ ਲੱਗਦਾ ਤਿਆਰਾਂ ਲੱਗੀਆਂ ਚੀਜ਼ਾਂ ਨੇ ਉਹ ਵਿੱਚ ਅਤੇ ਬਾਕੀ ਖੁੱਲ੍ਹਾ ਡੁੱਲਾ ਰੂਮ ਹੈ ਆਲੇ ਦੁਆਲੇ ਵੀ ਜਗ੍ਹਾ ਕਾਫੀ ਰਹਿੰਦੀ ਆ ਤੁਸੀਂ ਇਹ ਨਹੀਂ ਵੀ ਭੀੜੇ ਜੇ ਮਤਲਬ ਫੀਲ ਕਰਦੇ ਹੋ ਖੁੱਲ੍ਹਾ ਡੁੱਲਾ ਆ ਸਪੇਸ ਆ ਕਾਫੀ ਇਹਦੇ ਵਿੱਚ ਆ ਜਾਓ ਹੁਣ ਤੁਹਾਨੂੰ ਗੈਸਟ ਰੂਮ ਤੋਂ ਅਸੀਂ ਹੁਣ ਆਪਣੇ ਰੂਮਸ ਵੱਲ ਨੂੰ ਲੈ ਕੇ ਜਾਂਦੇ ਹਾਂ ਇਹ ਜਿਹੜਾ ਸਾਰਾ ਘਰ ਹੈ ਇਹ ਐੱਲ ਸ਼ੇਪ 'ਚ ਬਣਿਆ ਹੋਇਆ ਆ ਲਾਈਕ ਇੱਦਾਂ ਐੱਲ ਸ਼ੇਪ ਹੁਣ ਪਤਾ ਹੀ ਹੈ ਐੱਲ ਇੰਗਲਿਸ਼ ਦਾ ਅਲਫਾਬੈਟ ਹੁੰਦਾ ਉਹਦੀ ਸ਼ੇਪ 'ਚ ਤਾਂ ਕਿ ਵੀ ਉਹਦੇ ਨਾਲ ਜੇ ਇੱਕ ਸਾਈਡ ਅਸੀਂ ਚਾਹੀਏ ਤਾਂ ਸਾਈਡ 'ਤੇ ਡੋਰ ਲਾਇਆ ਬੰਦ ਕਰ ਦਈਏ ਤਾਂ ਉਹਦੇ ਲਈ ਸਾਈਡ ਵਾਲੇ ਬੰਦੇ ਜਿਹੜੇ ਰੈਸਟ ਕਰ ਰਹੇ ਆ ਉਹ ਡਿਸਟਰਬ ਨਹੀਂ ਹੁੰਦੇ ਅਗਰ ਤੁਸੀਂ ਸਾਈਡ ਵਾਲੇ ਬੰਦੇ ਸਿਰ ਜਾਗਦੇ ਆ ਉਹਦਾ ਮੈਂ ਹੁਣੇ ਐਕਸਪਲੇਨ ਕਰਦੀ ਹਾਂ ਕਿਵੇਂ ਹੁਣ ਦੇਖੋ ਤੁਹਾਨੂੰ ਜਿਵੇਂ ਯਾਦ ਹੀ ਹੈ ਕਿ ਆਪਣੀ ਫਰੰਟ ਐਂਟਰੀ ਸੀ ਇੱਧਰ ਆਫਿਸ ਆ ਨਾਲ ਹੀ ਟੀ ਵੀ ਰੂਮ ਹੈ ਐਂਟਰਟੇਨਮੈਂਟ ਮੀਡੀਆ ਰੂਮ ਆ ਅਤੇ ਇੱਥੋਂ ਹੀ ਜਦੋਂ ਤੁਸੀਂ ਇੱਥੋਂ ਫਰੰਟ ਐਂਟਰੀ ਤੋਂ ਆਉਂਦੇ ਹੋ ਆ ਕੇ ਨਾਲ ਹੀ ਇੱਧਰ ਨੂੰ ਮੁੜਦੇ ਹੋ ਤਾਂ ਇੱਥੋਂ ਸਾਡੀ ਮੇਨ ਜਿਹੜਾ ਲਿਵਿੰਗ ਏਰੀਆ ਆ ਉਹ ਸਟਾਰਟ ਹੁੰਦਾ ਸੋਰੀ ਆ ਘਰ ਦੇ ਵਿੱਚ ਨਾ ਆਪਾਂ ਐਚ ਆਰ ਵੀ ਲਵਾਇਆ ਹੋਇਆ ਐਚ ਆਰ ਵੀ ਦਾ ਕੀ ਕੰਮ ਹੁੰਦਾ ਜਿਹੜੇ ਰੂਫ ਦੇ ਅੰਦਰ ਨਾ ਪੱਖੇ ਲੱਗ ਜਾਂਦੇ ਆ ਸੋ ਸਾਰਾ ਦਿਨ ਮੰਨ ਲਓ ਵਿੰਟਰ ਦੇ ਵਿੱਚ ਉੱਤੇ ਗਰਮ ਮਤਲਬ ਗਰਮੀ ਟਰੈਪ ਹੁੰਦੀ ਆ ਹੁਣ ਟੈਂਪਰੇਚਰ ਦੱਸ ਰਿਹਾ ਦੇਖੋ ਰੂਫ ਦੇ ਉੱਤੇ ਹੈਗਾ 34 ਅਤੇ ਥੱਲੇ ਹੈਗਾ 26 ਹਾਊਸ ਦਾ ਤਾਂ ਮੈਂ ਇੱਕ ਆਈਡੀਅਲ ਟੈਂਪਰੇਚਰ 24 'ਤੇ ਸੈੱਟ ਕੀਤਾ ਹੋਇਆ ਇਹਨੂੰ ਆਪਾਂ ਇੱਥੋਂ ਚੇਂਜ ਵੀ ਕਰ ਸਕਦੇ ਹਾਂ 22 'ਤੇ ਸੋ ਜਦੋਂ ਉੱਪਰਲਾ ਟੈਂਪਰੇਚਰ 34 ਆ ਥੱਲੇ 26 ਆ ਥੱਲੇ ਮਤਲਬ ਡ੍ਰੌਪ ਕਰ ਰਿਹਾ ਉਹ ਸਾਰਾ ਉੱਪਰੋਂ ਹਵਾ ਗਰਮ ਹਵਾ ਹੇਠਾਂ ਆਉਣ ਲੱਗ ਜਾਂਦੀ ਹੈ ਜਿਹਦੇ ਨਾਲ ਕਿ ਘਰ ਤੁਹਾਡਾ ਗਰਮ ਰਹਿੰਦਾ ਹੈ ਵਿੰਟਰ ਦੀ ਸੈਟਿੰਗ ਤੁਸੀਂ ਅਲੱਗ ਕਰ ਸਕਦੇ ਹੋ ਸਮਰ ਦੀ ਅਲੱਗ ਵੈਸੇ ਵੀ ਘਰ 'ਚ ਹਵਾ ਰੋਟੇਟ ਹੁੰਦੀ ਰਹਿੰਦੀ ਹੈ ਫਰੈਸ਼ ਰਹਿੰਦੀ ਜੇ ਤੁਹਾਡਾ ਘਰ ਪੂਰਾ ਬੰਦ ਵੀ ਆ ਮਤਲਬ ਫਿਰ ਵੀ ਉਹ 'ਚ ਹਵਾ ਆਉਂਦੀ ਰਹਿੰਦੀ ਆ ਕਦੇ ਮਤਲਬ ਗੁੱਡ ਥਿੰਗ ਆ ਬਹੁਤ ਵਧੀਆ ਹੈਲਦੀ ਚੀਜ਼ ਆ ਹਾਂਜੀ ਅਤੇ ਹੁਣ ਆ ਮੇਨ ਆਪਾਂ ਘਰ ਨੂੰ ਜਾਵਾਂਗੇ ਉਸ ਤੋਂ ਪਹਿਲਾਂ ਆ ਤੁਹਾਨੂੰ ਲਿਨਨ ਕਬੜ ਜਿਹਨੂੰ ਕਹਿ ਦਿੰਦੇ ਆ ਉਹ ਹੈ ਜਿੱਥੇ ਅਸੀਂ ਹੌਟ ਪਾਣੀ ਦਾ ਟੱਬ ਰਖਾਇਆ ਕਈਆਂ ਦੀ ਚੋਇਸ ਹੁੰਦੀ ਹੈ ਗੈਸ ਦਾ ਹੀਟਰ ਰੱਖਦੇ ਪਰ ਸਾਨੂੰ ਹੌਟ ਕਬੜ ਪਤਾ ਨਹੀਂ ਕਿਉਂ ਸ਼ੁਰੂ ਤੋਂ ਬਹੁਤ ਪਸੰਦ ਆ ਇਹ 'ਤੇ ਅਸੀਂ ਦਹੀਂ ਜਮਾਉਂਦੇ ਹੁੰਦੇ ਹਾਂ ਇੱਕ ਦਹੀਂ ਜਮਾਉਣ ਲਈ ਅਸੀਂ ਇੰਨਾ ਖਰਚਾ ਕਰਵਾ ਤਾ ਬਾਕੀ ਇੱਧਰ ਚਾਵਲ ਵਗੈਰਾ ਕੰਬਲ ਕੁੰਬਲ ਸਾਰਾ ਹਾਂਜੀ ਇੱਥੇ ਸਾਰੀਆਂ ਜੋ ਚਾਦਰਾਂ ਵਗੈਰਾ ਇਹੋ ਜਿਹਾ ਕੁਛ ਇਹ ਨਿੱਕੀ ਰਹਿੰਦੀ ਆ ਇਹ ਕੱਪੜੇ ਕੁੱਪੜੇ ਵੀ ਕਈ ਵਾਰ ਸੁਕਾ ਲਈਦੇ ਇੱਥੇ ਰੱਖ ਦੇਈਦੇ ਥੋੜ੍ਹੇ ਜਿਹੇ ਸਲਾਬੇ ਹੋਣ ਅਤੇ ਇਹ ਸਾਡਾ ਮੇਨ ਏਰੀਆ ਆ ਮੈਂ ਇਸ ਡੋਰ ਦੀ ਗੱਲ ਕਰਦੀ ਸੀ ਜੋ ਸਿਰੇ ਤੱਕ ਜਾਂਦਾ ਉੱਪਰ ਜੇ ਡੋਰ ਬੰਦ ਕਰ ਦਿਓ ਤਾਂ ਫਿਰ ਉੱਧਰਲਾ ਏਰੀਆ ਬਿਲਕੁਲ ਸ਼ਾਂਤ ਹੋ ਜਾਂਦਾ ਹੈ ਜੇ ਅਸੀਂ ਇੱਧਰ ਬੱਚਿਆਂ ਦੇ ਨਾਲ ਕਈ ਵਾਰ ਬੱਚੇ ਜਲਦੀ ਸੌਂਦੇ ਨਹੀਂ ਰੌਲੇ ਰੱਪੇ ਨਾਲ ਅਤੇ ਪੂਰਾ ਉੱਪਰ ਤੱਕ ਬੰਦ ਹੁੰਦਾ ਅਤੇ ਇਹ ਵੀ ਕੈਵਿਟੀ ਡੋਰ ਨੇ ਵਿੱਚੇ ਵੜ ਜਾਂਦੇ ਆ ਇਹ ਸਾਡਾ ਵੱਡਾ ਲਿਵਿੰਗ ਏਰੀਆ ਆ ਅਤੇ ਇਹਦੇ ਵਿੱਚ ਤੁਹਾਡੇ ਪਿੱਛੇ ਇੱਥੇ ਫਰਿੱਜ ਰੱਖਿਆ ਹੋਇਆ ਡਬਲ ਡੋਰ ਫਰਿੱਜ ਜਿੱਥੇ ਫਿੱਟ ਹੋ ਜਾਂਦਾ ਹੈ
ਤੇ ਫ੍ਰਿਜ ਪਾਣੀ ਪੂਣੀ ਆਈ ਸਿਰਫ ਨਿਕਲ ਆਉਂਦੀ ਹੈ ਅਤੇ ਉਹਦੀ ਪਿੱਛੋਂ ਇਹਦਾ ਅਟੈਚ ਕਰਾਇਆ ਹੋਇਆ ਫਿਲਟਰ ਵਗੈਰਾ ਅਤੇ ਨਾਲ ਹੀ ਇਹਨਾਂ ਦੀ ਸਭ ਤੋਂ ਫੇਵਰੇਟ ਕਵਰ ਇਹ चाहे किचन डिजाइनर भी डिसाइड नहीं कर पा रहे किदा किथे फिट करा फिर मैप लेके बैठी सी मैं याद हो तुहानू मैं क्या इत्थे जगह बनूगी मैनू इत्थे लगदी आ फिर उहने गल कीती कहिंदा वाकई बनदी आ जगह इत्थे घर स्टोर अपना किता दाना सब्जियां ये वो सारा स्टोर रूम कह लो छोटा जा अगेन सारी लकड़ की बेचारी सारी आ बिच बिल्डिंग की हुई आ जिस समान ग्रोसरी सारी लिया के असं इतने रखते हैं अपनी खाण पीन का समान तो बिच सिंक भी लवाया भी इतने जो कुछ बना आ ब्रैड ब्रुड हाथ में धोने तो यूज कर सकते हैं भी सिंक लवाया ये भी इस करके नहीं लवाया मैं दस दें क्यों लवाया क्यों लवाया लवाया कहते एक सिंक इधर आ मेन किचन आ जे कद एकदम कोई गैसट आ जाए कुछ हो जाए ना चक के दवा दवा कहते इतने रख दो फिर आ दरवाजा बंद कर दो सारा गंद बंद हो जाएगा पर वधिया बड़ी हैंडी चीज आए समान सारा इतने रख लीदा आ भाई अपनी पार्ले जी बिस्किट बाग बकरी चाह सही कुछ स्पेशल बच्चों दवाइयां उच्चियां रखी हुई ਬੀਬੀਆਂ ਨੇ ਫਾਲਤੂ ਖਰਚੇ ਬਹੁਤ ਕਰਾਏ ਨੇ ਘਰ ਦੇ ਵਿੱਚ ਘੱਟੋ ਘੱਟ ਨਹੀਂ ਤਾਂ $50,000 ਐਕਸਟਰਾ ਲਵਾਤਾ ਬਿਨਾਂ ਮਤਲਬ ਦੇ ਪਰ ਚਲੋ ਇੱਕ ਵਾਰ ਘਰ ਬਣਦਾ ਘਰ ਵਾਸਤੇ ਆਪਾਂ ਆਪਣੀ ਛੱਤ ਵਾਸਤੇ ਹੈ ਨਾ ਸਭ ਕੁਛ ਕਰਦੇ ਹਾਂ ਹਾਂਜੀ ਤੇ ਨਾਲ ਹੀ ਜਿੰਨੀਆਂ ਵੀ ਕਬਰਡਸ ਨੇ ਸਾਰੀਆਂ ਸੌਫਟ ਕਲੋਜ਼ ਨੇ ਮਤਲਬ ਛੱਡ ਦੇਈਦੀਆਂ ਆਪੇ ਫਿਰ ਬੰਦ ਹੁੰਦੀਆਂ ਨੇ ਤੇ ਕੋਈ ਆਵਾਜ਼ ਨਹੀਂ ਕਰਦੀਆਂ ਤੇ ਨਾਲ ਹੀ ਅਸੀਂ ਆਹ ਲਵਾਇਆ ਵੱਡਾ ਐਗਜ਼ੌਸਟ ਲਵਾਇਆ 3 ਵੀ ਉਹਦੇ ਵਿੱਚ ਆ ਫਿਲਟਰ तेल कुछ तेल आली चीज फैट जमा ही होंगी डिश वॉशर च रख दो बिलकुल साफ हो जाते नवे वर्ग निकले आंदे फिर मनी दी कॉफी मशीन आ ਜਿਹਦੇ ਉੱਤੇ ਇਹ ਬਹੁਤ ਇੱਕ ਘੱਟ ਕਾਫੀ ਫੜਾ ਕੇ ਕਿਉਂ ਆਉਂਦੀ ਹੈ ਮੈਨੂੰ ਪਰ ਮੈਨੂੰ ਇਹਨੇ ਦੇ ਦੇ ਕੇ ਖੁਸ਼ੀ ਜਿਹੜੀ ਹੈ ਖੁਸ਼ੀ ਤਾਂ ਜਿਹੜੀ ਹੁੰਦੀ ਹੈ ਉਹਨੂੰ ਯੂਜ਼ ਵੀ ਕਰੀਦਾ ਹੁੰਦਾ ਮੈਡਮ ਹਾਂਜੀ ਹੁਣ ਟਾਈਮ ਲੱਗਦਾ ਹੈ ਕਦੇ ਕਰ ਲਈ ਮੈਂ ਜਦੋਂ ਵੀ ਛੁੱਟੀ ਹੁੰਦੀ ਹਾਂ ਕਹਿੰਦਾ ਅੱਜ ਕਾਫੀ ਪਿਲਾ ਦੇ ਪਿਲਾ ਦੂੰਗੀ ਤੇ ਇਧਰ ਨਾਲ ਹੀ ਡਿਸ਼ ਵਾਸ਼ਰ ਲਾਇਆ ਹੋਇਆ ਆਈਲੈਂਡ ਤੇ ਇੱਕ ਸੁਜੈਸ਼ਨ ਆ ਕਿ ਡਿਸ਼ ਵਾਸ਼ਰ ਅਗਰ ਲਵਾਉਣਾ ਹੋਵੇ ਬੋਸ਼ ਦਾ ਹੀ ਲਵਾਵੇ ਬਹੁਤ ਵਧੀਆ ਸਾਡਾ ਇਹਦੇ ਨਾਲ ਐਕਸਪੀਰੀਅੰਸ ਰਿਹਾ ਇਹ ਕੰਪਨੀ ਦੇ ਡਿਸ਼ ਵਾਸ਼ਰ ਨਾਲ बिलकुल भी आवाज नहीं आती बस पानी चल रही माड़ी माड़ी आवाज आंदी हुंदी यार जब पहली बार चलाया सी मैं अंदरों आई सी देखण वी चलदा वी मैं कन्न एवें लाया फिर मैनूं सुणिया वी हां चल रिहा जा श्योर नहीं सी तां बाकी इह टूटी आ इहदे वी दो उह ने निक्किया निक्किया चीज़ा पर उदा तो स्फेयर कर लें जो पानी इदा गिर रहा
ਇਹਦਾ ਦੱਬਾਂਗੇ ਘੁੰਮ ਕੇ ਗਿਰਦਾ। ਹਾਂਜੀ। ਅਤੇ ਬਾਕੀ ਅਸੀਂ ਜਿਹੜਾ ਇਹਦਾ ਉਹ ਆਪਣਾ ਬਿੰਨ ਆ ਇਹਦੇ ਵਿੱਚ ਰਖਾਇਆ ਹੋਇਆ ਤਾਂ ਕਿ ਇੱਥੇ ਜਾਂ ਕੱਟ ਕੇ ਕੁਛ ਵੀ ਕਰਦੇ ਹਾਂ ਇਹਦੇ ਵਿੱਚ ਸਿੱਟਦੀ ਦਾ ਜਿਹੜਾ ਕਿ ਕਰਾਸ਼ ਹੋ ਜਾਵੇ ਇਹਦੇ ਵਿੱਚ ਕ੍ਰਸ਼ਰ ਲਵਾਇਆ ਹੋਇਆ ਇਹਦਾ ਥੱਲੇ ਬਟਨ ਆ ਜਦੋਂ ਚਲਾਉਂਦੇ ਹਾਂ ਸਭ ਕੁਛ ਕ੍ਰਸ਼ ਕਰ ਦਿੰਦਾ ਜਿਵੇਂ ਗਾਜਰਾਂ ਗੁਜਰਾਂ ਹੋਈਆਂ ਜਾਂ ਕੋਈ ਵੀ ਵੈਜੀਟੇਬਲ ਆ ਅਤੇ ਜਿਹੜੀ ਰਵਿਸ਼ ਉਹਦੇ ਵਿੱਚ ਨਹੀਂ ਛਿੱਲ ਸਕਦੇ ਉਹ ਇਹਦਾ ਆ ਖੋਲੀਦਾ ਇੱਥੇ ਹੱਥ ਮਾਰ ਕੇ ਵਿੱਚ ਕਾਫੀ ਈਜ਼ੀ ਹੋ ਜਾਂਦਾ ਮਤਲਬ ਇਹਦੀਆਂ ਗੱਲਾਂ ਬਹੁਤ ਸੋਚੀਆਂ ਸੀਗੀਆਂ ਇਹਦੇ ਨਾਲ ਇੱਥੇ ਸਵਿੱਚਾਂ ਲਵਾਈਆਂ ਜੂਸਰ ਰੱਖਣਾ ਕੁਛ ਵੀ ਰੱਖਣਾ ਇੱਥੇ ਤਾਂ ਉਹ ਇੱਥੇ ਰੱਖ ਸਕਦੇ ਹਾਂ ਬਾਹਰੋਂ ਵੀ ਚੰਗੀ ਤਰ੍ਹਾਂ ਦਿਖਾ ਦਾਂਗੇ ਘਰ ਅੰਦਰੋਂ ਚੰਗੀ ਤਰ੍ਹਾਂ ਦਿਖਾ ਦਈਏ ਤੁਹਾਨੂੰ ਤੇ ਬਾਕੀ ਜਿਹੜਾ ਟੀਵੀ ਆ ਮੈਂ ਦੋਨੇ ਟੀਵੀ ਉੱਧਰ ਵੀ ਦਿਖਾਉਣਾ ਸੀਗਾ ਮੈਂ ਭੁੱਲ ਗਿਆ ਇੱਕ ਚੀਜ਼ ਤੁਸੀਂ ਨੋਟਿਸ ਕਰਿਓ ਵੀ ਆ ਟੀਵੀ ਲੱਗਿਆ ਹੋਇਆ ਪਰ ਥੱਲੇ ਤੁਹਾਨੂੰ ਕੋਈ ਤਾਰ ਨਹੀਂ ਦੇਖ ਰਹੀ ਸੋ ਇਹਦਾ ਆਪਾਂ ਕੀ ਕੀਤਾ ਥੱਲੇ ਵਿੱਚ ਦੀ ਪਾਈਪਾਂ ਪਵਾ ਕੇ ਨਾ ਕੰਧ ਦੇ ਅੰਦਰ ਥੱਲਿਓਂ ਕਢਾਈਆਂ ਹੋਈਆਂ ਆ ਦੇਖੋ ਤੁਹਾਨੂੰ ਬੈਕ ਤੋਂ ਦਿਖਾਵਾਂ ਜੇ ਉਹ ਰਹੀਆਂ ਸਾਰੀਆਂ ਤਾਰਾਂ ਥੱਲਿਓਂ ਨਿਕਲੀਆਂ ਹੋਈਆਂ ਤਾਂ ਇਹਦੇ ਨਾਲ ਸਫਾਈ ਲੱਗਦੀ ਆ ਕਲੀਨ ਲੱਗਦਾ ਹੈ ਨਾ ਮਤਲਬ ਇੱਦਾਂ ਦੇ ਥੋਟ ਬਹੁਤ ਪਾਏ ਸੀਗੇ ਬਾਕੀ ਇੱਥੇ ਵੀ LED ਲਾਈਟਾਂ ਨੇ ਉੱਤੇ ਅਤੇ ਇਹਨਾਂ ਦੇ ਵੀ ਕੰਟਰੋਲਰ ਲਵਾਇਆ ਹੋਇਆ ਜਿਵੇਂ ਕਿਤੇ ਰਾਤ ਨੂੰ ਇੱਥੇ ਟੀਵੀ ਦੇਖਣਾ ਹੋਵੇ ਤਾਂ ਆਹ ਹੈਗੀਆਂ ਇਹਦੀਆਂ ਆਹ ਵਾਲਾ ਬਟਨ ਆ ਦੱਬੋ ਇਹਦੇ ਨਾਲ ਔਨ ਹੁੰਦੀ ਆ ਅਤੇ ਉਹ ਡਿਮ ਡੁਮ ਜੇ ਕਰਨੀ ਹੋਵੇ ਉਹ ਵੀ ਹੋ ਜਾਂਦੀ ਆ ਜਿਹੜੇ HRV ਫਿਲਟਰ ਦੀ ਗੱਲ ਕਰ ਰਿਹਾ ਸੀਗਾ ਉਹ ਉੱਤੇ ਨੇ ਆਹ ਦੇਖੋ ਉਹ ਪੱਖੇ ਲੱਗੇ ਹੋਏ ਨੇ ਸੋ ਇਹ ਥੋੜ੍ਹੀ ਥੋੜ੍ਹੀ ਹਵਾ ਛੱਡਦੇ ਰਹਿੰਦੇ ਆ ਬਾਕੀ ਹੁਣ ਤੁਹਾਨੂੰ ਉੱਧਰੋਂ ਦੂਜੇ ਰੂਮ ਦਿਖਾਉਂਦੇ ਹਾਂ ਦੋਨੇ ਸਾਈਡਾਂ 'ਤੇ ਦੋ ਰੂਮ ਨੇ ਸਾਡੇ ਰੂਮ ਦਾ ਇਹ ਆ ਕਿ ਇਹ ਮੇਨ ਲਿਵਿੰਗ ਏਰੀਆ ਦੇ ਨਾਲ ਅਟੈਚ ਹੁੰਦਾ ਆ ਜਿਵੇਂ ਘਰ 'ਚ ਬੱਚੇ ਵੀ ਨੇ ਅਤੇ ਕਿੰਨੀ ਵਾਰ ਕਈ ਵਾਰ ਰਾਤ ਨੂੰ ਉੱਠ ਕੇ ਉਹਨਾਂ ਲਈ ਇਹ ਕੁਛ ਨਾ ਕੁਛ ਕਰਨਾ ਪੈਂਦਾ ਹੈ ਕੁਛ ਨਾ ਕੁਛ ਚਾਹੁੰਦੇ ਆ ਬੱਚੇ ਕਈ ਵਾਰ ਹੈ ਨਾ ਤਾਂ ਉਹਦੇ ਲਈ ਸੌਖਾ ਹੋ ਜਾਂਦਾ ਆ ਸੋ ਇਸ ਲਈ ਅਸੀਂ ਨੇੜੇ ਵਾਲਾ ਰੂਮ ਰੱਖਿਆ ਆ ਅਤੇ ਇਹਦਾ ਉਵੇਂ ਹੀ ਆ ਕਿ ਕੈਵਿਟੀ ਡੋਰ ਹੈਗੇ ਨਾ ਅਤੇ ਇਹਦੀ ਤੁਹਾਨੂੰ ਖਾਸੀਅਤ ਦੱਸਦੇ ਹਾਂ ਅਤੇ ਨਾਲ ਹੀ ਆ ਦੋ ਕਬੜਾਂ ਨੇ ਆਹ ਮੇਰੀ ਕਬੜਾ ਅਤੇ ਆਹ ਇਹਨਾਂ ਦੀ ਕਬੜਾ ਸੇਮ ਵਿੱਚ ਸੇਮ ਉੱਦਾਂ ਦੀਆਂ ਕਬੜਾਂ ਵਰਗੀਆਂ ਜਿਹੜੇ ਪਹਿਲਾਂ ਦਿਖਾਈਆਂ ਤੁਹਾਨੂੰ ਕਿ ਵਿੱਚ ਇਹਦੇ ਲੱਕੜ ਦੀਆਂ ਬਿਲਡਿੰਗ ਕਰਵਾਈਆਂ ਹੋਈਆਂ ਅਤੇ ਇਹਦੇ ਵਿੱਚ ਵੀ ਇਹ ਨੇ ਇਹ ਗੱਲ ਆ ਇਹਦੇ ਵਿੱਚ ਵੀ ਇੱਕ ਝੂਠਾ ਛੋਟਾ ਜਿਹਾ ਓਕੇ ਆਹ ਮਨੀ ਕਹਿੰਦੀ ਆ ਇਹਦੀ ਕਬੜ ਆ ਮੇਰੀ ਕਬੜ ਆ ਐਕਚੁਅਲੀ ਡੇਢ ਕਬੜ ਇਹਦੀ ਆ ਅੱਧੀ ਮੇਰੀ ਆ ਇਹ 'ਚ ਵੀ ਇੱਦਾਂ ਸਮਾਨ ਨੇ ਆਪ ਬੜਿਆ ਹੋਇਆ ਕਿਉਂਕਿ ਮੇਰੇ ਸੂਟ ਇੱਕ 'ਚ ਪੂਰੇ ਨਹੀਂ ਆਉਂਦਾ ਫਿਰ ਮੈਨੂੰ ਇੱਧਰ ਇਹਨਾਂ ਲਈ ਵੀ ਥੋੜ੍ਹੇ ਜਿਹੇ ਖਾਨੇ ਲਏ ਹੋਏ ਮੈਂ ਇਹਨਾਂ ਦੇ ਵੀ ਓਕੇ ਦਿਖਾ ਦੇ ਅਤੇ ਆਹ ਦੇਖੋ ਮੇਰਾ ਸੂਟ ਇੱਥੇ ਆ ਲੰਘਿਆ ਹੋਇਆ ਫਿਰ ਅਤੇ ਆ ਇਹਨਾਂ ਦੀ ਕਵਰ ਆ ਦੇਖੋ ਇੱਦਾਂ ਹੀ ਖਾਨੇ ਇਹਦੇ ਵਿੱਚ ਵੀ ਬਣਾਏ ਹੋਏ ਨੇ ਲੱਕੜ ਦੇ ਸਿਰੇ ਤੋਂ ਸਿਰੇ ਤੱਕ ਅਤੇ ਨਾਲ ਹੀ ਇੱਧਰ ਮੇਰੀ ਕਵਰ ਆ ਹਾਂਜੀ ਅਤੇ ਜੋ ਕਿ ਹੈ ਵਿਚਾਰੀ ਨੂੰ ਸਾਹ ਨਹੀਂ ਆਉਂਦਾ ਪਿਆ ਹਾਂਜੀ ਅਤੇ ਇਹ ਸਾਡਾ ਰੂਮ ਆ ਅਤੇ ਰੂਮ ਸਾਡਾ ਜਿਵੇਂ ਕਾਫੀ ਵੱਡਾ ਆ ਐਕਸਟਰਾ ਲਾਰਜ ਰੂਮ ਹੀ ਨੇ ਕਾਫੀ ਸਪੇਸ ਆਲੇ ਦੁਆਲੇ ਜਿਵੇਂ ਕੋਟ ਲੱਗ ਜਾਂਦਾ ਬੱਚੇ ਦਾ ਅਤੇ ਅਲੀਨ ਜਿਵੇਂ ਇੱਥੇ ਪੈਂਦੀ ਆ ਰਾਤ ਨੂੰ ਤਾਂ ਅਲੀਨ ਦਾ ਕੋਟ ਲੱਗ ਕੇ ਵੀ ਆਲੇ ਦੁਆਲੇ ਬਹੁਤ ਜਗ੍ਹਾ ਬਚ ਜਾਂਦੀ ਹੈ ਚਾਹੇ ਇੱਕ ਹੋਰ ਕੋਟ ਲਾ ਲਓ ਜਾਂ ਇੱਕ ਹੋਰ ਬੈੱਡ ਵੀ ਲੱਗ ਸਕਦਾ ਹੈ ਐਡਾ ਵੱਡਾ ਰੂਮ ਹੈ ਇਹ ਅਤੇ ਬਾਕੀ ਤੁਹਾਨੂੰ ਦੱਸੀਏ ਕਿ ਨਾਲ ਹੀ ਅਟੈਚ ਬਾਥਰੂਮ ਆ ਅਤੇ ਬਾਥਰੂਮ ਦਾ ਅਗੇਨ ਡੋਰ ਉੱਦਾਂ ਦੇ ਹੀ ਰਖਾਏ ਨੇ ਅਸੀਂ ਅਤੇ ਨਾਲ ਹੀ ਇਹਦੇ ਵਿੱਚ ਅਸੀਂ ਡਬਲ ਸਿੰਕ ਕਰਵਾਏ ਨੇ ਰੌਲਾ ਪਾ ਪਾ ਉਹ ਕਹਿੰਦੇ ਸੀ ਕਿਸੇ ਹਿਸਾਬ ਨਾਲ ਸੈਟਿੰਗ ਨਹੀਂ ਆ ਰਹੀ ਫਿਰ ਉਹਨਾਂ ਨੂੰ ਦੱਸਿਆ ਵੀ ਇੱਦਾਂ ਨਹੀਂ ਇੱਥੇ ਕਿ ਤੁਸੀਂ ਫਿੱਟ ਕਰਵਾ ਸਕਦੇ ਹੋ ਨਾ ਉਹਨਾਂ ਦੇ ਡਿਜ਼ਾਈਨ 'ਚ ਵੀ ਅਸੀਂ ਕਾਫੀ ਚੇਂਜਸ ਕੀਤੀਆਂ ਮੈਂ ਅਤੇ ਇਹਨਾਂ ਨੇ ਰਾਤ ਨੂੰ ਬੈਠ ਕੇ ਸਾਨੂੰ 12-1 ਵੱਜਦਾ ਸੀਗਾ ਕਿ ਡੇਲੀ ਅਸੀਂ ਡਿਜ਼ਾਈਨ ਚੈੱਕ ਕਰਦੇ ਸੀ ਅਤੇ ਆਪ ਕਹਿੰਦੇ ਸੀ ਸਾਨੂੰ ਇੱਥੇ ਇੱਦਾਂ ਚਾਹੀਦਾ ਇੱਥੇ ਇੱਦਾਂ ਚਾਹੀਦਾ ਇੱਥੇ ਫਿੱਟ ਹੋ ਸਕਦਾ ਅਸੀਂ ਆਪ ਸਕੇਲ ਲੈ ਕੇ ਮਿਣਦੇ ਸੀ ਵੀ ਇਹ ਜਗ੍ਹਾ ਇੰਨੀ ਕੁ ਬਚਦਾ ਆ ਤੁਹਾਡੇ ਨਾਲ ਇੱਥੇ ਕੀ ਲੱਗ ਸਕਦਾ ਆ ਇਸ ਜਗ੍ਹਾ ਦੇ ਉੱਤੇ ਨਾ ਸਟੱਡੀ ਨੁੱਕ ਬਣਾਈ ਸੀ ਸਟੱਡੀ ਨੁੱਕ ਉਹ
ਕਹਿੰਦੇ ਵੀ ਛੋਟਾ ਜਿਹਾ ਸਟੱਡੀ ਟੇਬਲ ਰੱਖ ਦਿੰਦੇ ਆ ਤੇ ਨਾਲ ਤੁਹਾਡਾ ਮਤਲਬ ਇੱਧਰ ਬਾਥਰੂਮ ਹੋ ਜੂਗਾ। ਅਸੀਂ ਕਿਹਾ ਵੀ ਸਾਨੂੰ ਡਬਲ ਸਿੰਕ ਚਾਹੀਦਾ, ਸਟੱਡੀ ਨੁੱਕ ਦੀ ਲੋੜ ਨਹੀਂ ਹੈਗੀ ਕਿਉਂਕਿ ਆਪਣੇ ਕੋਲ ਆਫਿਸ ਤਾਂ ਹੈਗਾ, ਤਾਂ ਫਿਰ ਆਹ ਰਖਵਾਇਆ ਸੀਗਾ। ਅਤੇ ਇਹਦੇ ਸ਼ਾਵਰ ਵੀ ਡਬਲ ਨੇ, ਡਬਲ ਸ਼ਾਵਰ ਮਤਲਬ ਇੱਕ ਪਾਸੇ ਦਾ ਜਿਹੜੇ ਨੋਰਮਲ ਸ਼ਾਵਰ ਹੁੰਦੇ ਆ ਉਹ ਘਰਾਂ 'ਚ, ਇੱਕ ਪਾਸੇ ਛੱਤ ਦੇ ਵਿੱਚੋਂ ਰੇਨ ਸ਼ਾਵਰ ਲਖਵਾਇਆ। ਇਧਰਲੇ ਪਾਸੇ ਆਹ ਲਵਾਇਆ ਹੋਇਆ ਰੇਨ ਸ਼ਾਵਰ, ਤਾਂ ਤੁਸੀਂ ਦੇਖ ਸਕਦੇ ਵੀ ਅੰਦਰ ਕਿੰਨੀ ਜਗ੍ਹਾ ਵਾ ਆਪਣੇ ਕੋਲ। ਮੈਂ ਸ਼ਾਵਰ ਦੇ ਅੰਦਰ ਖੜਾ ਪਰ ਵਾਧੂ ਜਗ੍ਹਾ ਵਾ, ਇੱਥੇ ਖੜ ਕੇ ਵੀ ਵਲੌਗ ਬਣਾ ਸਕਦੇ ਇੰਨੀ ਜਗ੍ਹਾ ਆਪਣੇ ਕੋਲ। ਤੇ ਓਰੀਜਨਲ ਪਲਾਨ ਦੇ ਵਿੱਚ ਆ ਡੋਰ ਹੈ ਨਹੀਂ ਸੀਗਾ ਨਾ ਜਦੋਂ ਆਪਾਂ ਇਹ ਪਲਾਨ ਬਣਾਇਆ, ਪਰ ਆਪਾਂ ਬਾਅਦ ਚੋਂ ਐਨ ਐਂਡ ਜਿਹਦੇ ਆ ਕੇ ਸਾਨੂੰ ਆਇਆ ਵੀ ਇਹ ਰੂਮ ਜਿਹੜਾ ਨਾਲ ਦਾ ਬੱਚਿਆਂ ਦਾ ਰੂਮ ਬਣਾਉਣਾ ਤਾਂ ਉਹਨਾਂ ਲਈ ਵਿੱਚ ਦੀ ਰਸਤਾ ਚਾਹੀਦਾ ਬਾਥਰੂਮ ਜਾਣ ਲਈ, ਤੇ ਉਹ ਫਿਰ ਅਸੀਂ ਬੱਚਿਆਂ ਕਰਕੇ ਵਿੱਚ ਡੋਰ ਰਖਵਾਇਆ ਆ ਤੇ ਤਾਂ ਕਿ ਬੱਚਿਆਂ ਦਾ ਬੈਡਰੂਮ ਬੱਚਿਆਂ ਨੂੰ ਈਜ਼ੀ ਰਹੇ ਰਾਤ ਨੂੰ ਯੂਜ਼ ਕਰਨਾ। ਇਹ ਬੱਚਿਆਂ ਦਾ ਬੈਡਰੂਮ ਆ, ਹੁਣ ਤੁਸੀਂ ਕਹੋਗੇ ਬੱਚਿਆਂ ਦਾ ਬੈਡਰੂਮ ਹੈ ਤਾਂ ਬੱਚਿਆਂ ਦੇ ਤਰੀਕੇ ਦਾ ਕਿਉਂ ਨਹੀਂ? ਉਹ ਇਹ ਸੋਚ ਕੇ ਵੀ ਇਹਨੂੰ ਵੱਡੇ ਵੀ ਅਗਰ ਕੋਈ ਆਉਂਦਾ ਘਰੇ ਹੈ ਨਾ ਤਾਂ ਆਪਾਂ ਪੰਜਾਬੀ ਹੁੰਦੇ ਹਾਂ ਆਪਣੇ ਘਰੇ ਆਉਣਾ ਜਾਣਾ ਬਹੁਤ ਹੁੰਦਾ ਆ ਅਤੇ ਕੋਈ ਸਟੇ ਵੀ ਕਰਦਾ ਹੈ ਤਾਂ ਔਖਾ ਨਾ ਹੋਵੇ ਜਗ੍ਹਾ ਦਾ। ਸੋ ਇਸ ਲਈ ਅਸੀਂ ਡਬਲ ਬੈੱਡ ਪਹਿਲਾਂ ਤੋਂ ਹੀ ਰੱਖਿਆ ਵੀ ਬੱਚਿਆਂ ਦਾ ਰੂਮ ਅਸੀਂ ਉਹਦੇ ਲਈ ਵੀ ਯੂਜ਼ ਕਰ ਸਕੀਏ ਗੈਸਟ ਰੂਮ ਦੇ ਲਈ। ਇੱਧਰੋਂ ਆਪਣਾ ਵੈਜੀ ਗਾਰਡਨ ਦੇਖਦਾ ਬਾਹਰ। ਹਾਂਜੀ, ਅਤੇ ਨਾਲ ਹੀ ਇੱਦਾਂ ਹੀ ਡਬਲ ਕਵਰਡ ਆ ਇੱਥੇ ਵੀ ਬੱਚਿਆਂ ਦੀ ਵੀ, ਇੱਥੇ ਸਾਰੇ ਬੱਚਿਆਂ ਦਾ ਹੀ ਸਮਾਨ ਹੁੰਦਾ, ਇੱਕ ਪਾਸੇ ਅਰਮਾਨ ਦਾ ਦੂਜੇ ਪਾਸੇ ਅਲੀਨ ਦਾ ਆ, ਅਤੇ ਨਾਲ ਹੀ ਅਰਮਾਨ ਦੀ ਫੋਟੋ ਹੈ ਸਾਡੀ ਕਿ ਯਾਦਗਾਰ ਕਿ ਅਰਮਾਨ ਜਦ ਛੋਟਾ ਜਿਹਾ ਸੀ ਮਹੀਨੇ ਡੇਢ ਕੁ ਮਹੀਨੇ ਦਾ ਉਦੋਂ ਫੋਟੋ ਖਿੱਚੀ ਸੀਗੀ ਇਹ, ਉਦੋਂ ਮੈਨੂੰ ਗੁੱਗੀ ਕਹਿੰਦੀ ਹੁੰਦੀ ਸੀ। ਅਤੇ ਆਹ ਕੁਛ ਫੋਟੋਆਂ ਨੇ ਅਰਮਾਨ ਦੀਆਂ ਛੋਟੇ ਹੁੰਦੇ ਦੀਆਂ, ਆਹ ਸੀ ਆਸਟ੍ਰੇਲੀਆ ਗਏ ਸੀ ਘੁੰਮਣ ਉੱਥੇ ਦੀਆਂ ਨੇ, ਲਾਈਕ ਹੁਣ ਤਾਂ ਹੋ ਗਏ 10 ਸਾਲ ਇਹ ਫੋਟੋਆਂ ਦੇ ਵੀ, ਕਾਫੀ ਛੋਟੀ ਸੀ। ਅਤੇ ਨਾਲ ਹੀ ਉੱਥੋਂ ਤੁਸੀਂ ਬਾਹਰ ਆ ਜਾਂਦੇ ਹੋ ਅਤੇ ਦੋਨੇ ਬੈਡਰੂਮ ਇੱਦਾਂ ਮਤਲਬ ਸੈਂਟਰ 'ਚ ਬਾਥਰੂਮ ਦੇ ਨਾਲ ਅਟੈਚ ਨੇ, ਇੱਕ ਪਾਸੇ ਸਾਡਾ ਇੱਕ ਪਾਸੇ ਬੱਚਿਆਂ ਦਾ। ਹੁਣ ਇੱਕ ਚੀਜ਼ ਰਹਿ ਗਈ ਗਰਾਜ, ਹੁਣ ਤੁਹਾਨੂੰ ਗਰਾਜ ਦਿਖਾਉਂਦੇ ਹਾਂ ਆਪਣਾ। ਗਰਾਜ ਹੈਗਾ ਇੱਧਰਲੀ ਸਾਈਡ 'ਤੇ, ਇਹਦਾ ਵੀ ਅਸੀਂ ਐਂ ਸੋਚਿਆ ਸੀਗਾ ਸਾਹਮਣੇ ਗਰਾਜ ਆ, ਦਰਵਾਜ਼ਾ ਖੋਲ੍ਹ ਕੇ ਨਾਲ ਦੀ ਨਾਲ ਸਮਾਨ ਰੱਖ ਸਕਦੇ ਹਾਂ, ਜਿਵੇਂ ਗੱਡੀ ਸਾਹਮਣੇ ਖੜ੍ਹਦੀ ਹੈ ਈਜ਼ੀ ਆ, ਉੱਥੋਂ ਸਮਾਨ ਲਿਆ ਕੇ ਗਰੋਸਰੀਆਂ ਇੱਥੇ ਰੱਖਣੀਆਂ, ਵੀ ਘਰ ਦੇ ਆਲੇ ਦੁਆਲੇ ਵਾਲਾ ਗੇੜਾ ਨਾ ਕੱਢਣਾ ਪਵੇ ਭਾਰੀ ਬੈਗ ਲੈ ਕੇ। ਸੋ ਗਰਾਜ ਦੇ ਵਿੱਚ ਨਾਲੇ ਪਹਿਲਾਂ ਮੈਂ ਤੁਸੀਂ ਵੀਡੀਓ 'ਚ ਦੇਖਿਆ ਵੀ ਹੋਣਾ ਕਿਸੇ ਨਾ ਕਿਸੇ 'ਚ ਪਹਿਲਾਂ, ਛੋਟੀ ਜਿਹੀ ਕਿਚਨ ਇੱਧਰ ਰਖਾਈ ਹੋਈ ਆ ਅਤੇ ਨਾਲ ਇਹਦੇ ਥੱਲੇ ਆ ਕਵਰਡ ਰਖਾਈਆਂ ਹੋਈਆਂ ਨੇ, ਇਹ ਵੀ ਸਾਰੀਆਂ ਸੋਫਟ ਕਲੋਜ਼ਿੰਗ ਨੇ, ਆਪੇ ਹੌਲੀ ਹੌਲੀ ਬੰਦ ਹੋ ਜਾਂਦੀਆਂ। ਡਬਲ ਗਰਾਜ ਆ, ਨੋਰਮਲੀ ਗਰਾਜ ਦਾ ਜਿਹੜਾ ਸਾਈਜ਼ ਹੁੰਦਾ ਇੱਥੇ ਤੱਕ ਹੁੰਦਾ ਜਿੱਥੇ ਤੱਕ ਆਹ ਵਾ, ਪਰ ਕਿਉਂਕਿ ਆਪਾਂ ਕਿਚਨ ਰਖਵਾਉਣੀ ਸੀਗੀ ਤਾਂ ਉਹਦੇ ਕਰਕੇ ਐਕਸਟਰਾ ਵੱਡੀ ਕਰਵਾਈ ਆ। ਅਤੇ ਗਰਾਜ ਕਾਹਦਾ, ਬੱਚਿਆਂ ਦਾ ਪਲੇ ਗਰਾਊਂਡ ਆ ਇੱਥੇ, ਬਸ ਹਾਂ ਨਿਆਣੇ ਖੇਡਦੇ ਰਹਿੰਦੇ ਆ ਆਪਣਾ। ਦੋ ਗੱਡੀਆਂ ਖੜ ਕੇ ਵੀ ਨਾਲ ਮਤਲਬ ਬਾਈਕ ਵੀ ਇਹਨਾਂ ਦੀ ਖੜ ਜਾਂਦੀ ਹੁੰਦੀ ਸੀ ਜਦੋਂ ਖੜਾਉਂਦੇ ਹਾਂ, ਪਰ ਇਹ ਤਾਂ ਹੁਣ ਬੱਚਿਆਂ ਕਰਕੇ ਅਸੀਂ ਖੜਾਉਂਦੇ ਨਹੀਂ ਕਿ ਬੱਚਿਆਂ ਨੂੰ ਇੱਥੇ ਖੇਡਣ ਲਈ ਏਰੀਆ ਮਿਲ ਜਾਂਦਾ ਆ, ਅਤੇ ਨਹੀਂ ਤਾਂ ਫਿਰ ਬੱਚੇ ਤੁਹਾਨੂੰ ਪਤਾ ਹੀ ਆ ਸਾਰੇ ਘਰ 'ਚ ਗਾਹ ਪਾਉਂਦੇ ਆ ਸਮਾਨ ਲਈ ਫਿਰਦੇ ਆ, ਸੋ ਇੱਥੇ ਖੇਡਦੇ ਆ, ਇੱਥੇ ਹੀ ਟੋਏ ਰੱਖਦੇ ਆ ਆਪਣੇ। ਉਹ ਚਾਬੀਆਂ ਟੰਗੀਆਂ ਹੋਈਆਂ, ਇਹ ਘੱਟੋ ਘੱਟ 10-12 ਸਾਲ ਪੁਰਾਣਾ ਵਾ ਚਾਬੀਆਂ ਟੰਗਣ ਵਾਲਾ। ਅਤੇ ਬਾਕੀ ਗਰਾਜ ਦੇ ਵਿੱਚ ਤਾਂ ਜੋ ਹੁੰਦਾ ਨੋਰਮਲ ਉਹੀ ਆ ਨਾ, ਟੈਚੀ ਪਏ ਨੇ, ਪਤਾ ਨਹੀਂ ਕੀ ਕੁਛ ਪਿਆ, ਜਿੰਨੀ ਵੀ ਸਟੋਰੇਜ ਹੋ ਸਕਦੀ ਹੈ ਗਰਾਜ ਹੀ ਕਰ ਦਿਆ, ਟ੍ਰੈਵਲਿੰਗ ਬੰਦ ਹੋ ਗਈ ਆਪਣੀ ਹੁਣ ਨਾ। ਹਾਂਜੀ, ਹੋਪਫੁਲੀ ਬਾਕੀ ਹੋ ਜੇ ਕੋਵਿਡ ਠੀਕ ਜਾਈ, ਤੁਹਾਨੂੰ ਬਾਹਰੋਂ ਦਿਖਾਉਣੇ ਆ ਹੁਣ ਨਾ, ਬਾਹਰ ਚੱਲਦੇ ਆ ਬਾਹਰ ਆਪਣੀ, ਜਿਵੇਂ ਜਿਹੜੀ ਆਪਣੀ ਘਰ ਦੀ ਵੈਲਿਊ ਆ ਨਾ, ਘਰ ਦੀ ਆਊਟਲੁੱਕ 'ਤੇ ਬਹੁਤ ਫਰਕ ਪੈਂਦਾ। ਵੱਡੀ ਗੱਲ ਜਿਹੜੀ ਨਿਊਜ਼ੀਲੈਂਡ 'ਚ ਲੋਕ ਦੇਖਦੇ ਆ, ਘਰ ਖਰੀਦਣ ਲੱਗੇ ਵੀ ਸਾਰੇ ਪਾਸਿਓਂ ਧੁੱਪ ਆਵੇ, ਤਾਂ ਆਪਣਾ ਕੋਈ ਕਮਰਾ ਇੱਦਾਂ ਦੀ ਜਿਹਦੇ ਵਿੱਚ ਧੁੱਪ ਨਾ ਆਉਂਦੀ ਹੋਵੇ, ਦੂਜੀ ਗੱਲ ਬਾਹਰੋਂ ਵਿਊ ਕਿੱਦਾਂ ਦਾ ਵਾ। ਸੋ ਮੈਂ ਤਾਂ ਇਹ ਕਹੂੰਗਾ ਵੀ ਆਪਾਂ ਬਹੁਤ ਲੱਕੀ ਹਾਂ ਕਿ ਇਹੋ ਜਿਹੀ ਲੋਕੇਸ਼ਨ 'ਤੇ ਇੱਦਾਂ ਦਾ ਘਰ ਬਣ ਗਿਆ, ਨਹੀਂ ਤਾਂ ਘਰ ਦੇ ਵਿੱਚੋਂ ਆਲ ਦੁਆਲੇ ਫੈਂਸਿਸ ਹੁੰਦੀਆਂ ਨਾਲ ਨਾਲ ਘਰ ਹੁੰਦੇ ਆ, ਤਾਂ ਆਪਾਂ ਨੂੰ ਵਧੀਆ ਆਲ ਦੁਆਲੇ ਦੂਰ ਦੂਰ ਤੱਕ ਦਿਖਦਾ। ਬਾਕੀ ਆ ਜਦੋਂ ਮੈਂ ਤੁਹਾਨੂੰ ਦਿਖਾਉਣਾ ਬਾਹਰੋਂ, ਵਨਸ ਅਗੇਨ ਇੱਥੇ ਆ ਡਬਲ ਸਲਾਈਡਰਸ ਨੇ ਜਿਹੜੇ ਕਿ ਬਿਲਕੁਲ ਸਿਰੇ ਤੱਕ ਖੁੱਲ੍ਹ ਜਾਂਦੇ ਆ, ਅਤੇ ਨਾਲੇ ਆਪਣਾ ਬਾਰਬੇਕਿਊ ਪਿਆ, ਥੋੜ੍ਹੇ ਜਿਹੇ ਪਲਾਂਟਸ ਇੱਧਰ ਰੱਖੇ ਨੇ, ਪਲਾਂਟਸ ਬਹੁਤ ਵਧੀਆ ਲੱਗਦੇ ਆ ਸਾਰਿਆਂ ਨੂੰ ਨਾ। ਅਤੇ ਆਹ ਫਾਇਰ ਪਲੇਸ ਆ ਇੱਕ ਛੋਟੀ ਜਿਹੀ ਰੱਖੀ ਹੋਈ, ਸ਼ਾਇਦ ਤੁਸੀਂ 1-2 ਵੀਡੀਓਜ਼ ਦੇ ਵਿੱਚ ਅੱਗੇ ਦੇਖਿਆ ਵੀ ਹੋਵੇ, ਆਹ ਡੈੱਕ ਬਣਾਇਆ ਹੋਇਆ ਜਿਹੜਾ ਕਿ ਘਰ ਦੇ ਇੱਧਰਲੀ ਤਿੰਨੇ ਸਾਈਡਾਂ ਦੇ ਉੱਤੇ ਡੈੱਕ ਚੱਲਦਾ ਆਪਣਾ, ਕਿਉਂਕਿ ਇੱਥੇ ਪਹਿਲਾਂ ਆਹ ਕੰਕਰੀਟ ਤਾਂ ਪਵਾਤਾ ਸੀਗਾ ਪਰ ਥੱਲੇ ਥੋੜ੍ਹਾ ਥੋੜ੍ਹਾ ਨਾ ਢਲਾਨ ਸੀਗੀ, ਇੱਥੇ ਮਤਲਬ
ਜਿਵੇਂ ਰਿਟੇਨਿੰਗ ਵਾਲ ਕੀਤੀ ਹੋਈ ਆ ਤਾਂ ਰਿਟੇਨਿੰਗ ਵਾਲ ਦੇ ਨਾਲ ਡੀਪ ਸੀ ਤਾਂ ਅਸੀਂ ਪਲਾਨ ਕੀਤਾ ਵੀ ਸਾਰੇ ਦੇ ਉੱਤੇ ਡੈਕ ਬਣਾ ਦਿੰਦੇ ਹਾਂ ਆਪਣਾ ਘਰ ਜਿਹੜਾ ਟੌਪ ਜੇ ਤੇ ਬਣਿਆ ਹੋਇਆ ਨਾ ਮਤਲਬ ਜਿਵੇਂ ਇੱਕ ਹਿੱਲ ਦੇ ਟੌਪ ਜੇ ਤੇ ਆ ਇੱਕ ਹਿੱਲ ਦੇ ਟੌਪ ਤੇ ਆ ਤਾਂ ਉਹਨੂੰ ਪੱਧਰਾ ਕਰਨ ਲਈ ਪਹਿਲਾਂ ਅਸੀਂ ਆਲ ਦਾਲੇ ਰਿਟੇਨਿੰਗ ਕਰਕੇ ਉਹ ਸਾਰੇ ਮਿੱਟੀ ਨਾਲ ਭਰਿਆ ਗਿਆ ਪਰਤ ਪਰਾਈ ਪਰਤ ਕਰਾ ਕੇ ਪਰਤ ਕਹਿੰਦੇ ਇੰਡੀਆ ਆਪਣੇ ਮਿੱਟੀ ਦੇ ਟਰੱਕ ਆਏ ਹਨਾ ਤੇ ਫਿਰ ਭਰ ਕੇ ਉਹਨੂੰ ਸਿੱਧਾ ਕੀਤਾ ਕਿਉਂਕਿ ਅਸੀਂ ਚਾਹੁੰਦੇ ਨਹੀਂ ਸੀ ਸਾਡਾ ਘਰ ਵੀ ਇਹ 'ਚ ਪੌੜੀਆਂ ਹੋਣ ਜ਼ਿਆਦਾ ਵੀ ਤਾਂ ਕਿ ਸਿਆਣਿਆਂ ਦੇ ਬੱਚਿਆਂ ਦੇ ਫਰੈਂਡਲੀ ਹੋਵੇ ਉਹਨਾਂ ਨੂੰ ਔਖਾ ਨਾ ਹੋਵੇ ਤਾਂ ਉਸ ਕਰਕੇ ਸਾਰਾ ਫਿਰ ਫਲੈਟ ਹੀ ਰੱਖਿਆ ਅਸੀਂ ਉੱਤੋਂ ਵੀ ਸੋ ਇਹ ਆਊਟਸਾਈਡ ਆਪਣੇ ਘਰ ਦਾ ਇਸ ਟਾਈਮ ਮੈਂ ਡੈਕ 'ਤੇ ਖੜ੍ਹਾ ਬਾਹਰੋਂ ਸਾਰਾ ਦੇਖੋ ਦੂਰ ਦੂਰ ਤੱਕ ਦੇਖਦਾ ਹਾਂ ਉਹ ਸਾਹਮਣੇ ਸਨਸੈੱਟ ਹੋ ਰਿਹਾ ਕਾਈ ਮਾਈ ਦਾ ਏਰੀਆ ਉਹਨੂੰ ਕਹਿੰਦੇ ਆ ਕਾਈ ਮਾਈ ਦੀਆਂ ਪਹਾੜੀਆਂ ਅਤੇ ਇੱਕ ਸਾਈਡ ਇੱਧਰ ਆ ਜਿੱਧਰ ਕਿ ਆਪਣਾ ਰੂਮ ਆ ਸਾਹਮਣੇ ਉਹ ਦਰਵਾਜ਼ਾ ਖੁੱਲ੍ਹਦਾ ਅਤੇ ਉਹ ਦੂਜੇ ਪਾਸੇ ਇੱਧਰ ਮੰਮੀ ਡੈਡੀ ਦਾ ਰੂਮ ਆ ਅਤੇ ਉਹ ਮੈਡਮ ਜੀ ਬੈਠੇ ਨੇ ਅਤੇ ਚਾਰੇ ਪਾਸੇ ਆਪਾਂ ਫੈਂਸ ਕਰਾਈ ਹੋਈ ਆ ਬੱਚਿਆਂ ਕਰਕੇ ਫੈਂਸ ਜ਼ਰੂਰੀ ਆ ਵੈਸੇ ਵੀ ਬਾਕੀ ਮੈਂ ਤੁਹਾਨੂੰ ਆਲ ਦੁਆਲੇ ਕੋਈ ਚੰਗੀ ਤਰ੍ਹਾਂ ਦਿਖਾ ਦਿੰਦਾ ਇਹ ਇੱਧਰਲੇ ਪਾਸੇ ਇੱਕ ਛੋਟਾ ਜਿਹਾ ਗਾਰਡਨ ਉਹ ਸੈਟਅਪ ਕੀਤਾ ਹੋਇਆ ਅਤੇ ਬਾਕੀ ਆਪਣਾ ਵੈਜੀ ਗਾਰਡਨ ਪਰਲੀ ਸਾਈਡ 'ਤੇ ਆ ਉੱਧਰੋਂ ਵੀ ਦਿਖਾਉਣਾ ਮੈਂ ਤੁਹਾਨੂੰ ਅਤੇ ਪਰ ਇੱਥੋਂ ਆਲ ਦੁਆਲੇ ਬਹੁਤ ਸੋਹਣਾ ਦਿਖਦਾ ਖਾਸ ਕਰਕੇ ਜਦੋਂ ਨਿਊ ਈਅਰ ਜਾਂ ਦਿਵਾਲੀ ਕੁਛ ਇੱਦਾਂ ਦਾ ਹੁੰਦਾ ਨਾ ਉਹ ਏਰੀਏ ਸਾਰੇ 'ਚ ਫਾਇਰ ਵਰਕਸ ਚੱਲਦੇ ਹੁੰਦੇ ਬਹੁਤ ਹੀ ਵਧੀਆ ਲੱਗਦੇ ਆ ਇਹ ਸੀਗਾ ਜੀ ਆਪਣੇ ਘਰ ਦਾ ਟੂਰ ਮੈਂ ਉਮੀਦ ਕਰਦਾ ਤੁਹਾਨੂੰ ਵਧੀਆ ਲੱਗਿਆ ਹੋਊ ਅਤੇ ਜੇ ਆਪਾਂ ਘਰ ਦੀ ਪ੍ਰਾਈਸ ਦੀ ਗੱਲ ਕਰੀਏ ਤਾਂ ਜਦੋਂ ਮੈਂ ਸੈਕਸ਼ਨ ਇਹ ਬਾਈ ਕੀਤਾ ਸੀਗਾ 2013 ਦੇ ਐਂਡ ਦੇ ਵਿੱਚ ਨਵੰਬਰ ਦਸੰਬਰ 'ਚ ਤਾਂ ਉਦੋਂ ਇਹ ਸੈਕਸ਼ਨ ਆਪਾਂ ਨੂੰ ਨੀਅਰਲੀ $1.5 lakh ਦਾ ਮਿਲਿਆ ਸੀਗਾ $150,000 ਦਾ ਅਤੇ ਬਾਕੀ ਘਰ ਦੀ ਉੱਤੇ ਜਿਹੜੀ ਕੰਸਟਰਕਸ਼ਨ ਆ ਉਹਦਾ ਖਰਚਾ ਅਲੱਗ ਸੀਗਾ ਫਿਰ ਮੈਂ ਬਿਲਡਰ ਲੱਭਿਆ ਫਿਰ ਸਾਰਾ ਘਰ ਬਿਲਡ ਕਰਵਾਇਆ ਤਾਂ ਉਹ 'ਤੇ ਨੀਅਰਲੀ ਮੇਰਾ 500,000 ਮਤਲਬ 5 lakh ਲੱਗਿਆ ਸੀਗਾ ਪਰ ਅੱਜ ਦੇ ਟਾਈਮ ਦੇ ਵਿੱਚ ਇਸ ਘਰ ਦੀ ਕੀਮਤ $1.25 million ਆ ਕਿਉਂਕਿ 2014 ਤੋਂ ਬਾਅਦ ਘਰਾਂ ਦੀਆਂ ਕੀਮਤਾਂ ਬਹੁਤ ਵੱਧ ਗਈਆਂ ਤਾਂ ਚਲੋ ਪਰਮਾਤਮਾ ਦੀ ਕਿਰਪਾ ਵਾ ਮਿਹਰ ਆ ਕਿ ਸਹੀ ਟਾਈਮ 'ਤੇ ਆਪਾਂ ਘਰ ਬਣਵਾ ਲਿਆ ਅਤੇ ਵਧੀਆ ਬਣ ਗਿਆ ਬਹੁਤ ਸੋਹਣਾ ਬਣ ਗਿਆ ਘਰ ਆਪਾਂ ਸਾਰੇ ਬਹੁਤ ਹੈਪੀ ਹਾਂ ਸਾਰੀਆਂ ਘਰ ਦੀਆਂ ਰਿਕੁਆਇਰਮੈਂਟਸ ਪੂਰੀਆਂ ਹੋ ਰਹੀਆਂ ਸਾਰੀਆਂ ਲੋੜਾਂ ਪੂਰੀਆਂ ਹੁੰਦੀਆਂ ਆਪਾਂ ਜਦੋਂ ਘਰ ਬਣਾਉਂਦੇ ਹਾਂ ਆਪਾਂ ਰਹਿਣ ਬਾਰੇ ਸੋਚ ਕੇ ਬਣਾਉਂਦੇ ਹਾਂ ਇਹ ਸੋਚ ਕੇ ਨਹੀਂ ਬਣਾਉਂਦੇ ਵੀ ਇਹ 'ਚੋਂ ਕੱਲ੍ਹ ਨੂੰ ਪ੍ਰੋਫਿਟ ਲੈਣਾ ਕੋਈ ਸਾਨੂੰ ਇੱਦਾਂ ਦਾ ਹੈ ਨਹੀਂ ਸੀ ਇਹ ਤਾਂ ਅਸੀਂ ਰਹਿਣ ਲਈ ਇੱਕ ਚੰਗਾ ਜਿਹਾ ਘਰ ਹੋਵੇ ਜਿਸ 'ਚ ਸਾਡੇ ਅਸੀਂ ਸਾਰੀ ਫੈਮਿਲੀ ਖੁਸ਼ ਹੋ ਕੇ ਰਹੀਏ ਤੁਸੀਂ ਇੰਜੋਏ ਕਰੋ ਇਹ ਵੀਡੀਓ ਸਾਨੂੰ ਦੱਸਿਓ ਕਿੱਦਾਂ ਲੱਗਿਆ ਅਤੇ ਬਾਕੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਅਤੇ ਜੇ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਵੀਡੀਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਬੈਲ ਆਈਕੋਨ 'ਤੇ ਜ਼ਰੂਰ ਕਲਿੱਕ ਕਰ ਦਿਓ ਅਤੇ ਸਾਡੇ ਨਾਲ ਇੱਦਾਂ ਹੀ ਜੁੜੇ ਰਹੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਆਪਣੇ ਵੈਲਿਊਏਬਲ ਕਮੈਂਟਸ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਕਹਿਣੀ ਆ ਕੋਈ ਫੀਡਬੈਕ ਦੇਣੀ ਆ ਪਲੀਜ਼ ਜ਼ਰੂਰ ਦੱਸਿਓ ਕਮੈਂਟਸ ਦੇ ਵਿੱਚ ਅਸੀਂ ਟਰਾਈ ਕਰਦੇ ਨੇ ਵੀ ਸਾਰੇ ਕਮੈਂਟ ਰੀਡ ਕਰੀਏ ਅਤੇ ਤੁਹਾਨੂੰ ਜਵਾਬ ਵੀ ਦੇਈਏ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ ਮਿਲਦੇ ਹਾਂ ਛੇਤੀ ਨਵੀਂ ਵੀਡੀਓ ਲੈ ਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ